ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਚੈਨਲ ਪੰਜਾਬੀ ਠਿਕਾਣਾ 'ਤੇ। ਫਿਲਮ ਦਾਰੂ ਨਾ ਪੀਂਦਾ ਹੋਵੇ ਰਿਲੀਜ਼ ਹੋ ਚੁੱਕੀ, ਕੀ ਕੁਝ ਕਹਿੰਦੀ ਹੈ ਜਨਤਾ ਇਸ ਫਿਲਮ ਦੇ ਬਾਰੇ, ਆਓ ਕਰਦੇ ਹਾਂ ਉਹਦੇ ਲਈ ਪਬਲਿਕ ਰਿਵਿਊ। ਕਿਵੇਂ ਰਹੀ ਦਾਰੂ ਨਾ ਪੀਂਦਾ ਹੋਵੇ? ਪਹਿਲਾਂ ਤਾਂ ਟਾਈਟਲ ਹੀ ਬੜਾ ਪਿਆਰਾ, ਕਿਵੇਂ ਰਿਹਾ ਹੋਜ਼ਰ? ਵੈਰੀ ਨਾਈਸ ਮੂਵੀ, ਨਾਈਸ ਮੂਵੀ। ਐਨੀ ਬੈਸਟ ਪਾਰਟ ਕਿਵੇਂ ਰਹੀ ਸਟੋਰੀ ਐਂਡ ਆਲ? ਸਟੋਰੀ ਇਜ਼ ਟੂ ਗੁੱਡ, ਬਟ ਮੈਸੇਜ ਇਜ਼ ਟੂ ਗੁੱਡ ਕਿ ਦਾਰੂ ਨਾ ਪੀਂਦਾ ਹੋਵੇ, ਫੋਰ ਦੋਜ਼ ਹੂ ਹੈਜ਼ ਡ੍ਰਿੰਕ ਅਲੋਟ ਟੂ ਥਿੰਕ ਅਬਾਊਟ ਦੇਅਰ ਕਿਡਸ। ਸੋ ਅਮਰਿੰਦਰ ਗਿੱਲ ਦੇ ਨਾਲ ਹੋਰ ਕਲਾਕਾਰ, ਉਹਨਾਂ ਦੀ ਜਿਹੜੀ ਬੇਟੀ ਦਾ ਰੋਲ ਕੀਤਾ, ਬਹੁਤ ਅੱਛਾ, ਬਹੁਤ ਅੱਛੀ ਐਕਟਿੰਗ ਹੈ, ਨੂਰ ਨੂੰ ਦੇਖ ਲੈਣੀ ਚਾਹੀਦੀ ਹੈ। ਹਾਂਜੀ ਹਾਂਜੀ, ਬਹੁਤ ਵਧੀਆ ਫੈਮਿਲੀ ਮੂਵੀ ਹੈ, ਦੇਖਣੀ ਚਾਹੀਦੀ ਹੈ। ਨੂਰ ਜੇ ਕੌਰ ਇਜ਼ ਐਕਸਲੈਂਟ, ਥੈਂਕ ਯੂ ਸੋ। ਦਾਰੂ ਨਾ ਪੀਂਦਾ ਹੋਵੇ ਆਡੀਅੰਸ ਸਾਰੀ ਕਿਵੇਂ ਰਹੀ? ਬਹੁਤ ਵਧੀਆ ਮੂਵੀ ਹੈ, ਲੱਗਦਾ ਦੇਖਣ ਵਾਲੀ ਮੂਵੀ ਹੈ। ਹਾਂਜੀ ਹਾਂ, ਬਹੁਤ ਵਧੀਆ। ਹਾਂਜੀ ਹਾਂ, ਉਹਨਾਂ ਦੀ ਐਕਟਿੰਗ ਸਰ ਬਹੁਤ ਵਧੀਆ ਹੈ ਉੱਥੇ। ਕੋਈ ਜਿਹੜੀ ਸਭ ਤੋਂ ਵਧੀਆ ਚੀਜ਼ ਉਹ ਕੀ ਸੀਗੀ ਮੂਵੀ ਜਿਹੜੀ ਤੁਹਾਨੂੰ ਚੰਗੀ ਲੱਗੀ? ਇਹ ਜਿਹੜਾ ਵਾ ਡਰਿੰਕ ਕਰਦੇ ਨਾ, ਉਹਨਾਂ ਲਈ ਅੱਛੀ ਹੈ, ਉਹ ਆ ਕੇ ਜ਼ਰੂਰ ਦੇਖੋ। ਲੱਗਦਾ ਇਦਾਂ ਦੀ ਮੂਵੀ ਆਉਣੀ ਚਾਹੀਦੀ ਸੀ। ਹਾਂ ਬਿਲਕੁਲ ਆਉਣੀ ਚਾਹੀਦੀ। ਥੈਂਕ ਯੂ ਸੋ ਮਚ ਜੀ, ਬਹੁਤ ਵਧੀਆ ਮੂਵੀ ਹੈ ਜੀ, ਅੱਛਾ ਕਨਸੈਪਟ ਹੈ, ਸਭ ਨੂੰ ਦੇਖ ਲੈਣੀ ਚਾਹੀਦੀ। ਹਾਂਜੀ ਬਹੁਤ ਵਧੀਆ, ਵੈਸੇ ਕਾਮੇਡੀ ਮੂਵੀਜ਼ ਹੀ ਆਉਂਦੀਆਂ ਨੇ ਪੰਜਾਬ ਦੇ ਵਿੱਚ, ਪਰ ਡਿਫਰੈਂਟ ਕਨਸੈਪਟ ਹੈ, ਅਤੇ ਉਹ 'ਤੇ ਧੀ ਦੇ ਪਿਆਰ ਬਾਰੇ ਦੱਸਿਆ ਗਿਆ ਹੈ। ਬਹੁਤ ਇਮੋਸ਼ਨਲ, ਬਹੁਤ ਪਿਆਰੀ ਮੂਵੀ ਹੈ, ਦੇਖਣੀ ਚਾਹੀਦੀ। ਅਮਰਿੰਦਰ ਗਿੱਲ ਉਹਨਾਂ ਦੀ ਐਕਟਿੰਗ, ਉਹ ਤਾਂ ਹਮੇਸ਼ਾ ਵਧੀਆ ਹੀ ਹੁੰਦੀ ਹੈ ਜੀ। ਥੈਂਕ ਯੂ ਸੋ ਮਚ, ਥੈਂਕ ਯੂ। ਦੁਆਰੂ ਨਾ ਪੀਂਦਾ ਹੋਵੇ ਦੇਖਿਆ, ਹਾਊਜ਼ ਇਟ? ਕਿਵੇਂ ਰਹੀ ਮੈਮ? ਗੁੱਡ, ਲੱਗਦਾ ਆਡੀਅੰਸ ਆਉਣਾ ਚਾਹੀਦਾ ਦੇਖਣ ਲਈ। ਹਾਂਜੀ ਮੈਮ, ਥੈਂਕ ਯੂ ਜੀ, ਥੈਂਕ ਯੂ। ਦਾਰੂ ਨਾ ਪੀਂਦਾ ਹੋਵੇ ਕਿਵੇਂ? ਬਹੁਤ ਵਧੀਆ ਲੱਗੀ ਜੀ, ਇੰਜੋਏ ਕੀਤਾ ਪੂਰਾ ਜੀ, ਲੱਗਦਾ ਸਭ ਨੂੰ ਦੇਖਣੀ ਚਾਹੀਦੀ। ਹਾਂ ਫੈਮਿਲੀ ਮੂਵੀ ਹੈ। ਥੈਂਕ ਯੂ ਸੋ ਮਚ। ਦਾਰੂ ਨਾ ਪੀਂਦਾ ਹੋਵੇ ਕੀ ਕਹਿੰਦੇ ਹੋ, ਪੀ ਲੈਣੀ ਚਾਹੀਦੀ ਹੈ ਨਹੀਂ ਪੀਣੀ ਚਾਹੀਦੀ? ਸਰ ਦੱਸਣਗੇ, ਮੈਨੂੰ ਤਾਂ ਬਹੁਤ ਵਧੀਆ ਲੱਗੀ। ਸਰ ਤਾਂ ਕਹਿੰਦੇ ਪੀਣੀ ਨਹੀਂ ਚਾਹੀਦੀ, ਸਰ ਕਹਿੰਦੇ ਨਹੀਂ ਪੀਣੀ ਚਾਹੀਦੀ। ਨਹੀਂ ਦੈਟਸ ਗੁੱਡ, ਬਹੁਤ ਵਧੀਆ ਮੂਵੀ ਹੈ, ਬਟ ਰਿਸਪੋਂਸ ਆਈ ਡੋਂਟ ਨੋ, ਪਤਾ ਨਹੀਂ ਕਿਉਂ ਨਹੀਂ ਅੱਛਾ ਮਿਲਿਆ, ਬਟ ਅਮਰਿੰਦਰ ਗਿੱਲ ਮੇਰਾ ਆਲ ਟਾਈਮ ਫੇਵਰੇਟ ਹੈ ਜੀ, ਤੇ ਉਹਨਾਂ ਨੇ ਜੋ ਵੀ ਰੋਲ ਪਲੇ ਕੀਤਾ ਬੀਇੰਗ ਅ ਫਾਦਰ, ਦੈਟਸ ਵੈਰੀ ਗੁੱਡ। ਸੋ ਆਊਟ ਆਫ 5 ਫਰਮ ਯੋਰ ਸਾਈਡ? ਯਾ 4। ਥੈਂਕ ਯੂ ਸੋ ਮਚ ਜੀ। ਦਾਰੂ ਬਹੁਤ ਹੀ ਪਿਆਰੀ ਮੈਸੇਜ ਦੇ ਨਾਲ, ਕਿਵੇਂ ਰਹੀ ਦਾਰੂ? ਬਹੁਤ ਹੀ ਸੋਹਣੀ ਮੂਵੀ ਜੀ, ਬਹੁਤ ਹੀ ਪਿਆਰੀ, ਤੇ ਮੈਸੇਜ ਬਹੁਤ ਹੀ ਵਧੀਆ ਦਿੱਤਾ। ਮਤਲਬ ਅਮਰਿੰਦਰ ਗਿੱਲ ਤਾਂ ਵੈਸੇ ਆਪਣੇ ਆਪ 'ਚ ਲੀਜੈਂਡ ਹੈ, ਤੇ ਉਹਨੇ ਨੂਰ ਨੇ ਬਹੁਤ ਵਧੀਆ ਕੰਮ ਕੀਤਾ ਹੈ, ਸੋਹੀਲਾ ਨੇ। ਸਭ ਨੂੰ ਦੇਖਣੀ ਚਾਹੀਦੀ ਆ, ਹਰ ਇੱਕ ਨੂੰ ਦੇਖਣੀ ਚਾਹੀਦੀ। ਹਾਂਜੀ, ਬਹੁਤ ਸੋਹਣੀ ਮੂਵੀ ਬਣਾਈ ਹੈ, ਇੱਕ ਮੈਸੇਜ ਦਿੱਤਾ ਹੈ ਉਹਨਾਂ ਨੇ ਕਿ ਐਲਕੋਹਲ ਅੱਛਾ ਨਹੀਂ ਹੈ ਆਪਣੇ ਫੈਮਿਲੀ ਵਾਸਤੇ। ਹਾਂਜੀ ਹਾਂਜੀ ਹਾਂਜੀ, ਸਭ ਨੂੰ ਆਉਣਾ ਚਾਹੀਦਾ ਮੂਵੀ ਦੇਖਣ ਦੇ ਲਈ। ਸ਼ੋਰ ਸ਼ੋਰ ਸ਼ੋਰ, 100% ਸ਼ੋਰ। ਕੀ ਖਾਸ ਸੀਗਾ ਜਿਹੜਾ ਤੁਹਾਡੇ ਦਿਲ ਨੂੰ ਬਹੁਤ? ਐਕਚੁਅਲੀ ਸੋਹਿਲਾ ਇਜ਼ ਮਾਈ ਨੀਜ਼, ਅਤੇ ਉਹਦੀ ਐਕਟਿੰਗ ਬਹੁਤ ਅੱਛੀ ਲੱਗੀ ਮੈਨੂੰ। ਆਈ ਲਵ ਹਰ, ਆਈ ਲਵ ਹਰ। ਥੈਂਕ ਯੂ। ਸੋ ਦਾਰੂ ਨਾ ਪੀਂਦਾ ਹੋਵੇ ਕਿ ਹਾਂਜੀ ਮੈਂ ਕਿਵੇਂ ਲੱਗੀ ਮੂਵੀ? ਕਿਹੜੀ ਜਿਹੜੀ ਮੂਵੀ ਦੇਖ ਕੇ ਆਏ ਤੁਸੀਂ? ਵਧੀਆ ਲੱਗੀ, ਸੋਹਣੀ ਸੀਗੀ। ਕੀ ਖਾਸ ਲੱਗਾ? ਮੈਂ ਸਿੱਖਣ ਨੂੰ ਮਿਲਦਾ ਹੈ ਦਾਰੂ ਫਿਰ ਘਰ ਖਰਾਬ ਕਰ ਸਕਦਾ, ਲੱਗਦਾ ਵੀ ਨਹੀਂ ਪੀਣੀ ਚਾਹੀਦੀ। ਨਹੀਂ ਪੀਣੀ ਚਾਹੀਦੀ। ਅਮਰਿੰਦਰ ਗਿੱਲ ਦੀ ਐਕਟਿੰਗ ਬਹੁਤ ਵਧੀਆ, ਬਹੁਤ ਖਾਸ। ਅੱਜ ਆਉਣ ਦਾ ਫਸਟ ਡੇ, ਫਸਟ ਸ਼ੋਅ ਦੇਖਣ ਦਾ ਕੀ ਕਾਰਨ ਸੀ? ਅਮਰਿੰਦਰ ਗਿੱਲ ਕਰਕੇ ਹੀ ਆਏ ਜੀ। ਲੱਗਦਾ ਸਭ ਨੂੰ ਵੇਖ ਲੈਣੀ ਚਾਹੀਦੀ। ਹਾਂਜੀ ਹਾਂਜੀ, ਵਧੀਆ ਹੈ ਸਾਰਿਆਂ ਲਈ, ਫੈਮਿਲੀ। ਥੈਂਕ ਯੂ ਜੀ, ਥੈਂਕ ਯੂ ਜੀ। ਦਾਰੂ ਨਾ ਪੀਂਦਾ ਹੋਵੇ ਅੱਜ ਰਿਲੀਜ਼ ਹੋਈ ਹੈ, ਕਿਵੇਂ ਰਹੀ? ਬਹੁਤ ਅੱਛੀ ਸੀ ਮੂਵੀ, ਬਹੁਤ ਵਧੀਆ ਸੀ ਜੀ। ਕੀ ਖਾਸ ਲੈ ਕੇ ਜਾ ਰਹੇ ਹੋ ਜਨਤਾ ਨੂੰ ਦੱਸਣਾ ਚਾਹੁੰਦੇ ਹੋ ਵੀ ਵਧੀਆ ਮੂਵੀ ਵੇਖਣ? ਹਾਂਜੀ ਵਧੀਆ, ਦੇਖਣੀ ਚਾਹੀਦੀ ਵੀ ਹੈ, ਅੱਛੇ ਕਨਸੈਪਟ 'ਤੇ ਫਿਲਮਾਂ ਬਣਦੀਆਂ ਨੇ ਤਾਂ ਉਹ ਦੇਖਣੀਆਂ ਵੀ ਚਾਹੀਦੀਆਂ ਨੇ, ਅਤੇ ਨੇਰਾ ਹਾ ਹਾ ਹੀ ਹੂ ਹੂ ਵੀ ਨਹੀਂ ਦੇਖਣਾ ਚਾਹੀਦਾ, ਅਤੇ ਕਨਸੈਪਟ ਅੱਛਾ। ਅਤੇ ਦਾਰੂ ਦੀ ਗੱਲ ਹੋਵੇ ਤਾਂ ਮੈਨੂੰ ਲੱਗਦੀ ਸੁਣ ਕੇ ਪਹਿਲਾਂ ਤਾਂ ਚਾਹ ਵੀ ਚੜ੍ਹ ਜਾਂਦਾ ਅਤੇ ਕਿਤੇ ਦੁੱਖ ਵੀ ਹੁੰਦਾ, ਲੱਗਦਾ ਵੀ ਇੱਦਾਂ ਦੇ ਮੁੱਦੇ 'ਤੇ ਗੱਲ ਹੋਣੀ ਚਾਹੀਦੀ ਸੀ? ਹਾਂਜੀ ਹੋਣੀ ਚਾਹੀਦੀ ਹੈ, ਪਹਿਲਾਂ ਵੀ ਹੋ ਰਹੀ ਹੈ ਕਾਫੀ ਟਾਈਮ ਤੋਂ, ਹੁਣ ਵੀ ਹੋ ਰਹੀ ਹੈ, ਅਤੇ ਜੋ ਇਹਨਾਂ ਦਾ ਮਤਲਬ ਕਿ ਮੇਨ ਮੋਟਿਵ ਹੈ, ਅਤੇ ਸ਼ਾਇਦ ਉਹ ਇਸ ਫਿਲਮ ਤੋਂ ਪੂਰਾ ਹੋ ਸਕਦਾ ਕਿ ਥੋੜ੍ਹਾ ਪੰਜਾਬ ਦਾ ਰੁੱਖ ਚੱਲ ਰਿਹਾ, ਮੰਨ ਲਓ ਕਿ ਜਿਵੇਂ ਪੰਜਾਬ ਦਾ ਰੁੱਖ, ਮਤਲਬ ਕਿ ਇੱਕ ਸਹੀ ਸਿਹਤ ਮਿਲਣੀ ਚਾਹੀਦੀ ਉਹਨੂੰ, ਅਤੇ ਠੀਕ ਹੈ, ਅੱਛੀ ਫਿਲਮ ਹੈ ਜੀ। ਐਕਟਿੰਗ ਦੀ ਗੱਲ ਕੀਤੀ ਜਾਵੇ, ਅਮਰਿੰਦਰ ਹੋਰੀ ਸੀਗੇ, ਅਮਰਿੰਦਰ ਗਿੱਲ ਦੀ ਐਕਟਿੰਗ ਤਾਂ ਬਹੁਤ ਵਧੀਆ ਹੁੰਦੀ ਹੈ ਪਹਿਲਾਂ ਤੋਂ, ਸ਼ੁਰੂ ਤੋਂ ਹੀ। ਕੋਈ ਕਿਰਦਾਰ ਜਿਹੜਾ ਦਿਲ 'ਚ ਕਰ ਗਿਆ ਉਹ ਕੌਣ ਸੀ? ਉਹ ਜੀ ਗੋਗੇ ਦੀ ਘਰ ਵਾਲੀ ਦਾ ਸੀ।
ਜਿਹੜਾ ਸਾਨੂੰ ਸੋਹਣਾ ਲੱਗਿਆ। ਅਮਰਿੰਦਰ ਹੋਰੀ ਹੁਣ ਤੇ ਮਿਊਜ਼ਿਕ ਦੀ ਗੱਲ ਕਰੀਏ ਤੇ ਮਿਊਜ਼ਿਕ ਕਿਵੇਂ? ਮਿਊਜ਼ਿਕ ਬਹੁਤ ਸੋਹਣਾ ਹੈ ਇਹਦੇ 'ਚ। ਜਿਹੜਾ ਗਾਣਾ ਸੀ ਜੀ ਦਾਰੂ ਤੇਰੀ ਮਰਵਾਊ ਜੈਲਦਾਰਾ, ਉਹ ਸਾਡੇ ਫਰੈਂਡ ਨੇ ਹੀ ਲਿਖਿਆ ਹੋਇਆ। ਹਾਂਜੀ, ਅਤੇ ਉਹ ਗਾਣਾ ਵਿੱਚ ਪਿਆ ਹੋਇਆ ਤਾਂ ਸਾਨੂੰ ਉਸ ਚੀਜ਼ ਦੀ ਬਹੁਤ ਖੁਸ਼ੀ ਹੈ, ਅਤੇ ਕਿਉਂਕਿ ਅਸੀਂ ਵੀ ਇਸ ਇੰਡਸਟਰੀ 'ਚ ਕੰਮ ਕਰਦੇ ਹਾਂ ਅਤੇ ਅਸੀਂ ਵੀ ਚਾਹਵਾਂਗੇ ਕਿ ਅਸ ਇਹ ਇਹੋ ਜਿਹਾ ਕੰਸੈਪਟ ਲੈ ਕੇ ਆਈਏ ਅਤੇ ਲੋਕ ਵੀ ਇਹੋ ਜਿਹਾ ਕੰਸੈਪਟ ਅੱਛਾ ਲੈ ਕੇ ਆਉਣ। ਆਪਣੇ ਥਰੂ ਜਨਤਾ ਨੂੰ ਕੀ ਕਹੋਗੇ ਦੇਖਣ ਲਈ? ਬਸ ਸਿੱਖੋ ਜੀ ਕੁਛ ਫਿਲਮਾਂ ਦੇਖ ਕੇ, ਹੈ ਨਾ, ਜਿਵੇਂ ਉਹਨੇ ਵੀ ਦਾਰੂ ਛੱਡੀ ਆ ਉਹਦੇ ਵਿੱਚ, ਤਾਂ ਇਸੇ ਤਰ੍ਹਾਂ ਨਸ਼ਿਆਂ ਨੂੰ ਉਹ ਕਰਨਾ ਚੜ੍ਹ ਕੇ ਜਨਤਾ ਨੂੰ ਆਉਣਾ ਚਾਹੀਦਾ। ਹਾਂਜੀ, ਦਿਖਾਇਆ ਗਿਆ ਪ੍ਰਾਇਓਰਟੀ ਹਮੇਸ਼ਾ, ਮਤਲਬ ਕਿ ਆਪਣੀ ਫੈਮਿਲੀ ਨੂੰ ਰੱਖੋ ਅਤੇ ਫੈਮਿਲੀ ਹੀ ਜ਼ਰੂਰੀ ਹੈ, ਅਤੇ ਉਹਨੇ ਆਪਣੀ ਫੈਮਿਲੀ ਵਾਸਤੇ, ਆਪਣੀ ਕੁੜੀ ਵਾਸਤੇ, ਧੀ ਵਾਸਤੇ ਸਟੈਪ ਲਿਆ ਅਤੇ ਅੱਛਾ ਲੱਗਿਆ।